हेलो फ्रेंड्स, वेलकम टू माय चैनल जिसका नाम है सिमरन पंजाबी। इस चैनल में खास तौर पर पंजाबी के स्टूडेंट लिए बनाया जो एंटी एग्जाम की तैयारी कर रहे हैं तो इतने आके अपने एग्जाम की तैयारी कर सकते हैं। इतने तुम्हें डिफरेंट टाइप की इनफॉरमेशन प्रोवाइड करवावगी जो तुम्हारे एग्जाम वास्ते जरूरी होएगी। सो तुम मेरे चैनल को सबसक्राइब जरूर कर लो, नाल बैल आइकन जरूर दबा लो ताकि तुम्हें नोटिफिकेशन मिलती रहे। नाल दस दिनी हाँ कि मैं अन अकैडमी से वी एजुकेटर हाँ, 2018 तो उत्थे पढ़ा रही हाँ अन अकैडमी से। ਤੇ ਜਿੰਨੇ ਵੀ ਤੁਸੀਂ ਤਿਆਰੀ ਕਰਨੀ ਹੋਏਗੀ ਅਨਅਕੈਡਮੀ ਤੇ ਜਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ YouTube ਤੇ Telegram ਚੈਨਲ ਦੇ ਉੱਤੇ ਜਾ ਕੇ ਵੀ ਫੋਲੋ ਕਰੋ। ਇਹਨਾਂ ਸਾਰਿਆਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਹੈ ਸਾਡਾ ਕਿੱਸਾ ਤੇ ਬੀਰ ਸਾਹਿਤ ਵਾਲਾ ਜਿਹੜਾ ਟੌਪਿਕ ਹੈ ਉਹ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਇਹ ਹੈਗਾ ਹੈ ਕਿ ਕਿੱਸਾ ਕਾਵਿ ਇੰਟਰੋ ਪੜਾਂਗੇ ਕੀ ਹੁੰਦਾ ਹੈ। ਕਿੱਸਾ ਕਾਵ ਇੱਕ ਪ੍ਰਪੱਕ ਰੂਪਾਕਾਰ ਵਜੋਂ ਅਰਬੀ ਫਾਰਸੀ ਪਰੰਪਰਾ ਰਾਹੀਂ ਪੰਜਾਬੀ ਸਾਹਿਤ ਵਿੱਚ ਆਇਆ ਕਾਵ ਰੂਪ ਹੈ ਤੇ ਕਿੱਸਾ ਸ਼ਬਦ ਦੀ ਧਾਤੂ ਕਸ ਅਰਬੀ ਹੈ ਜਿਸ ਦਾ ਅਰਥ ਹੈ ਪਿੱਛੇ ਜਾਣਾ, ਪਿੱਛਾ ਕਰਨਾ, ਖਬਰ ਦੇਣਾ ਅਰਥਾਤ ਕਿਸੇ ਘਟਨਾ ਦੀ ਸੂਚਨਾ ਦੇਣਾ। ਹੁਣ ਜਿਹੜਾ ਕਿੱਸਾ ਸ਼ਬਦ ਹੈ ਸਾਡੇ ਕੋਲ ਇਹ ਅਰਬੀ ਫਾਰਸੀ ਪਰੰਪਰਾ ਰਾਹੀਂ, ਜ਼ਿਆਦਾਤਰ ਅਗਰ ਕਿੱਸਾ ਕਹੀਏ ਤਾਂ ਉਹ ਸਾਡੇ ਪੰਜਾਬੀ ਦੇ ਵਿੱਚ ਆਇਆ ਸੀ। ਹੁਣ ਇਹ ਜਿਹੜਾ ਸ਼ਬਦ ਹੈ ਇਹ ਕਸ ਜਿਹੜਾ ਕਿ ਧਾਤੂ ਅਰਬੀ ਦਾ ਜੋ ਹੈਗਾ ਵਰਡ ਉਸ ਤੋਂ ਇਹ ਕਿੱਸਾ ਬਣਿਆ ਹੈ ਜਿਸਦਾ ਮਤਲਬ ਹੈ ਪਿੱਛੇ ਜਾਣਾ, ਪਿੱਛਾ ਕਰਨਾ, ਖਬਰ ਦੇਣਾ। ਹੁਣ ਅਗਰ ਤੁਸੀਂ ਦਮੋਦਰ ਦੀ ਰਚਨਾ ਪੜ੍ਹੀ ਹੋਏਗੀ ਕਿੱਸੇ ਬਾਰੇ ਤਾਂ ਉਹਨੇ ਕੀ ਹੈਗਾ ਸੀ ਕਿ ਇਹ ਚੀਜ਼ ਤੁਹਾਨੂੰ ਪੜ੍ਹਨ ਨੂੰ ਮਿਲੇਗੀ ਉਹਦੇ ਵਿੱਚ ਕਿ ਉਹ ਉਸਦਾ ਪਿੱਛਾ ਕਰਦਾ ਹੈ ਜਦੋਂ ਲਾਸਟ 'ਤੇ ਉਹਨੇ ਉਹ ਦੋਨੇ ਜਦੋਂ ਹੀਰ ਦੇ ਰਾਂਝਾ ਮਿਲ ਜਾਂਦੇ ਨੇ ਤਾਂ ਉਹ ਉਹਨਾਂ ਦਾ ਪਿੱਛਾ ਕਰਦਾ ਹੈ ਤੇ ਇੱਕ ਦੂਰੀ ਤੇ ਜਾ ਕੇ ਉਹਨਾਂ ਨੂੰ ਛੱਡ ਦਿੰਦਾ ਹੈ ਕਿ ਹੁਣ ਉਹ ਆਪਣੀ ਲਾਈਫ ਦੇ ਵਿੱਚ ਅੱਗੇ ਜਾਣ ਕਿ ਉਹਨਾਂ ਨੇ ਇੱਥੋਂ ਤੱਕ ਹੀ ਦੱਸਿਆ ਹੋਇਆ ਹੈ। ਸੋ ਇਸਦਾ ਮਤਲਬ ਸਾਨੂੰ ਇਹ ਚੀਜ਼ ਉੱਥੇ ਦੇਖਣ ਨੂੰ ਮਿਲਦੀ ਹੈ, ਪਿੱਛੇ ਜਾਣਾ, ਪਿੱਛਾ ਕਰਨਾ। ਠੀਕ ਹੈ, ਇਸ ਸੰਬੰਧ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਿੱਸਾਕਾਰ ਆਪਣੇ ਕਿੱਸੇ ਰਾਹੀਂ ਕਿਸੇ ਘਟਨਾ ਦਾ ਪਿੱਛਾ ਕਰਦਾ ਹੋਇਆ ਉਸਦੇ ਸਮੁੱਚ ਨੂੰ ਆਪਣੇ ਬਿਰਤਾਂਤ ਦਾ ਹਿੱਸਾ ਬਣਾਉਂਦਾ ਹੈ। ਜਿਵੇਂ ਉਸਨੇ ਹੀਰ ਰਾਂਝਾ ਦੀ ਸਟੋਰੀ ਨੂੰ ਕਵਰ ਕੀਤਾ ਸੀ, ਜਿਵੇਂ ਆਉਂਦੇ ਨਹੀਂ ਅੱਜ ਕੱਲ੍ਹ ਰਿਪੋਰਟਰਸ ਨੂੰ ਸਟੋਰੀ ਕਵਰ ਕਰਨ ਵਾਸਤੇ ਦਿੰਦੇ ਨੇ। ਸੋ ਇਸੇ ਤਰੀਕੇ ਦੇ ਨਾਲ ਘਟਨਾ ਦਾ ਉਹ ਪਿੱਛਾ ਕਰਕੇ ਉਹਨੇ ਜੋ ਵੇਖਿਆ ਜਾਂ ਫਿਰ ਜੋ ਉਹਨਾਂ ਨੂੰ ਪਤਾ ਲੱਗਾ ਉਸ ਦਾ ਬਿਰਤਾਂਤ ਉਹ ਦੱਸਦੇ ਸੀ। ਦਮੋਦਰ ਦਾ ਕਹਿਣਾ ਹੈ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਹੋਈ, ਕਿੱਸੇ ਦੇ ਸ਼ਬਦਗਤ ਅਰਥਾਂ ਦਾ ਪ੍ਰਗਟਾਵਾ ਹੈ। ਮਸਨਵੀ ਵੀ ਅਰਬੀ ਫਾਰਸੀ ਕਾਵ ਰੂਪ ਹੈ। ਅਗਰ ਅਰਬੀ ਫਾਰਸੀ ਦੇ ਵਿੱਚ ਦੇਖੀਏ ਤਾਂ ਕਿੱਸੇ ਨੂੰ ਮਸਨਵੀ ਕਿਹਾ ਜਾਂਦਾ ਹੈ। ਅਰਬੀ ਫਾਰਸੀ ਦੇ ਵਧੇਰੇ ਕਿੱਸੇ ਮਸਨਵੀ ਦੇ ਵਿੱਚ ਹੀ ਲਿਖੇ ਜਾਂਦੇ ਸੀ। ਮਸਨਵੀ ਰਾਹੀਂ ਹੀ ਪੰਜਾਬੀ ਵਿੱਚ ਕਿੱਸਾ ਸਾਹਿਤ ਰੂਪ ਵਜੋਂ ਗ੍ਰਹਿਣ ਕੀਤਾ ਗਿਆ। ਮਸਨਵੀ ਵਿੱਚ ਜ਼ਿੰਦਗੀ ਦੇ ਸਾਰੇ ਪੱਖ ਲਏ ਜਾਂਦੇ ਹਨ ਤੇ ਇਹ ਕਈ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਇਸ਼ਕੀਆ, ਰਮਜ਼ੀਆ, ਇਖਲਾਕੀ, ਫਲਸਫਾ ਆਦਿ। ਤੇ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਤਰਤੀਬ ਦੀ ਸੁੰਦਰਤਾ, ਪਾਤਰ, ਘਟਨਾਵਾਂ ਦੀ ਤਰਤੀਬੀ ਸੰਯੋਗ, ਹਾਵ ਭਾਵ ਦਾ ਆਦਿ ਦਾ ਵਿਵਰਣ। ਤਰਤੀਬ ਦੀ ਸੁੰਦਰਤਾ ਕਿ ਕਿੱਸੇ ਦੀ ਤਰਤੀਬ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਉਹ ਲਿਖਿਆ ਜਾਣਾ ਚਾਹੀਦਾ ਹੈ। ਜਿਹੜੇ ਇਸ ਦੇ ਵਿੱਚ ਤੁਸੀਂ ਪਾਤਰ ਲੈਂਦੇ ਹੋ ਉਹ ਵੀ ਵਧੀਆ ਤਰੀਕੇ ਦੇ ਇਸ ਦੇ ਵਿੱਚ ਪਾਤਰ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਵੀ ਪ੍ਰੋਬਲਮ ਉਹਦੇ ਵਿੱਚ ਨਾ ਹੋਵੇ, ਕਿ ਤੁਹਾਨੂੰ ਸਟੋਰੀ ਉਹਨਾਂ ਦੀ ਪੂਰੀ ਪਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘਟਨਾਵਾਂ ਜਿਹੜੀਆਂ ਤੁਸੀਂ ਉਸ ਦੇ ਵਿੱਚ ਲਿਖਦੇ ਹੋ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਵੀ ਇੱਕ ਤਰਤੀਬ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਇੱਕ ਤੁਸੀਂ ਘਟਨਾ ਹੁਣ ਲਿਖਤੀ ਬਾਕੀ ਤੁਸੀਂ 4-5 ਪੰਨਿਆਂ ਬਾਅਦ ਲਿਖੀ ਹੋਏਗੀ, ਨਹੀਂ। ਸੋ ਘਟਨਾਵਾਂ ਵੀ ਤਰਤੀਬ ਵਾਈਜ਼ ਇੱਕ ਤੋਂ ਬਾਅਦ ਇੱਕ ਆਉਣੀਆਂ ਹੋਣ ਚਾਹੀਦੀਆਂ ਨੇ। ਤੇ ਇਸ ਤੋਂ ਇਲਾਵਾ ਪਾਤਰਾਂ ਦੇ ਹਾਵ ਭਾਵ ਜੋ ਕਿ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਦਾ ਵਿਵਰਣ ਵੀ ਹੋਣਾ ਚਾਹੀਦਾ ਹੈ ਪੂਰੇ ਤਰੀਕੇ ਨਾਲ। ਇਹ ਸਾਰੇ ਅਸਰ ਪੰਜਾਬੀ ਕਿੱਸੇ ਨੇ ਕਿ ਕਬੂਲ ਕੀਤੇ ਨੇ। ਪੰਜਾਬੀ ਕਿੱਸਾਕਾਰ ਉੱਪਰ ਵੱਖ ਵੱਖ ਪ੍ਰਭਾਵ ਕਿਸਦੇ ਪਏ ਨੇ? ਡਾਕਟਰ ਜੀਤ ਸਿੰਘ ਸੀਤਲ ਪੰਜਾਬੀ ਕਿੱਸਾ ਕਾਵਿ ਪਰੰਪਰਾ ਤੇ ਇਰਾਨੀ ਪ੍ਰਭਾਵਾਂ ਦਾ ਵੀ ਜ਼ਿਕਰ ਕਰਦਾ ਹੈ। ਕਈ ਵਾਰੀ ਆ ਵੀ ਜਾਂਦੇ ਨੇ ਕਿ ਕਿੱਸੇ ਦੇ ਉੱਤੇ ਕਿੰਨਾ ਕਿੰਨਾ ਦਾ ਪ੍ਰਭਾਵ ਪਿਆ ਸੀ ਕਿ ਉਹ ਚੀਜ਼ਾਂ ਸਾਨੂੰ ਕਿੱਸੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਇਸ ਦੇ ਵਿੱਚ ਇਰਾਨੀ ਪ੍ਰਭਾਵ ਦੇ ਬਾਰੇ ਗੱਲ ਕਰਦੇ ਹਾਂ, ਜਿਸ ਦਾ ਸੰਬੰਧ ਉਸ ਅਨੁਸਾਰ ਨਾਇਕ ਨਾਇਕਾਵਾਂ ਦੀ ਪੇਸ਼ਕਾਰੀ ਨਾਲ ਹੈ ਜੋ ਇਰਾਨੀ ਲੇਖਣ ਦੇ ਨਾਲ ਮਿਲਦੀ ਹੈ। ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਨਾਇਕ ਤੇ ਨਾਇਕਾਵਾਂ ਨੂੰ ਜਿਸ ਤਰ੍ਹਾਂ ਚਿੱਤਰਿਆ ਗਿਆ ਹੈ ਇਹ ਸਾਰਾ ਕੁਛ ਸਾਨੂੰ ਇਰਾਨੀ ਲੇਖਣ ਵਿਧੀ ਦੇ ਵਿੱਚ ਮਿਲਦੀ ਹੈ। ਫਾਰਸੀ ਤੋਂ ਇਲਾਵਾ ਪੰਜਾਬੀ ਕਿੱਸਾਕਾਰੀ ਉੱਪਰ ਯੂਨਾਨੀ ਤੇ ਸਾਮੀ ਪ੍ਰਭਾਵ ਵੀ ਪੈਂਦੇ ਨੇ। ਤ੍ਰਾਸਦੀ ਤੇ ਹੋਣੀ ਆਦਿਕ ਯੂਨਾਨੀ ਪ੍ਰਭਾਵ
ਹੀ ਹਨ ਕਿ ਕਿਸੇ ਦੇ ਵਿੱਚ ਤ੍ਰਾਸਦੀ ਦਿਖਾਣੀ ਤੇ ਨਾਲ ਦੇ ਨਾਲ ਹੋਣੀ ਨੂੰ ਮੰਨਣਾ ਇਹ ਸਾਰੇ ਯੂਨਾਨੀ ਪ੍ਰਭਾਵ ਹੀ ਸਾਨੂੰ ਦਿਖਦੇ ਨੇ ਮੂਰਤੀਕਾਰੀ ਵੀ ਯੂਨਾਨੀ ਪ੍ਰਭਾਵ ਅਧੀਨ ਪੰਜਾਬੀ ਕਿੱਸਿਆਂ ਦਾ ਅੰਗ ਬਣੀ ਹੈ ਡਾਕਟਰ ਰਮੇਸ਼ ਕੁੰਦਲ ਮੇਗ ਪੰਜਾਬੀ ਕਿੱਸਿਆਂ ਵਿੱਚ ਨਾਇਕਾਵਾਂ ਦੇ ਰੂਪ ਨੂੰ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਮੰਨਦੇ ਨੇ ਜੋ ਮੱਧਕਾਲ ਵਿੱਚ ਪੰਜਾਬੀ ਅਧਿਆਤਮ ਕਵਿਤਾ ਦੇ ਪ੍ਰਭਾਵ ਦਾ ਸਿੱਟਾ ਹੀ ਹੈ ਸੋ ਨਾਇਕਾਵਾਂ ਨੂੰ ਉਹਨਾਂ ਨੇ ਕੀ ਗਾਏ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਉਹਨਾਂ ਨੇ ਦੱਸਿਆ ਹੈ ਤੇ ਇਹ ਜਿਹੜੀ ਚੀਜ਼ ਹੈਗੀ ਆ ਸਾਨੂੰ ਮੱਧਕਾਲੀ ਜਿਹੜੀ ਅਧਿਆਤਮਕ ਕਵਿਤਾ ਦਾ ਪ੍ਰਭਾਵ ਜੋ ਕਿ ਕਿੱਸਿਆਂ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਹੈ ਡਾਕਟਰ ਅਮਰਜੀਤ ਕਾਂਗ ਜਿਹੜੇ ਨੇ ਪੰਜਾਬੀ ਕਿੱਸਾ ਕਾਵਿ ਵਿਚਲੇ ਅਧਿਆਤਮਕ ਅੰਸ਼ਾਂ ਨੂੰ ਸੂਫੀ ਪਰੰਪਰਾ ਦੇ ਨਾਲ ਵੀ ਹੁਣ ਜੋੜਦੇ ਨੇ ਉਹਨਾਂ ਅਨੁਸਾਰ ਕਿੱਸਿਆਂ ਵਿੱਚ ਜੈਵਿਕ ਰਿਸ਼ਤੇ ਨੂੰ ਕਿਸੇ ਦਿਵ ਸ਼ਕਤੀ ਦੀ ਪ੍ਰਵਾਨਗੀ ਨਾਲ ਜੋੜਨ ਦੀ ਰੁਚੀ ਯਾਨੀ ਕਿ ਜਿਵੇਂ ਪਰਮਾਤਮਾ ਦੀ ਮਿਹਰ ਉਹਨਾਂ ਤੇ ਹੋਏਗੀ ਤਾਂ ਹੀ ਉਹਨਾਂ ਦਾ ਰਿਸ਼ਤਾ ਕਬੂਲ ਕੀਤਾ ਜਾਏਗਾ ਪੰਜਾਬੀ ਸਾਹਿਤ ਦੀ ਅਧਿਆਤਮਕ ਪਰੰਪਰਾ ਤੇ ਵਿਸ਼ੇਸ਼ ਤੌਰ ਤੇ ਸੂਫੀ ਕਾਵਿ ਪਰੰਪਰਾ ਦੇ ਪ੍ਰਭਾਵ ਦਾ ਹੀ ਪ੍ਰਤੀਕਰਮ ਦੇਖਣ ਨੂੰ ਮਿਲਦਾ ਹੈ ਇਹ ਜਿਹੜੇ ਹੈਗੇ ਨੇ ਇਹ ਰੂੜੀਆਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਪੰਜ ਪੀਰ ਜਿਹੜੇ ਹੈਗੇ ਨੇ ਉਹਨਾਂ ਦੀ ਮਿਹਰ ਸੋ ਇਹ ਸਾਰਾ ਕੁਝ ਸੂਫੀ ਕਿੱਸਿਆਂ ਦੇ ਸੂਫੀ ਪ੍ਰਭਾਵ ਜਿਹੜਾ ਹੈਗਾ ਵਾ ਉਹ ਕਿੱਸਿਆਂ ਦੇ ਉੱਤੇ ਪ੍ਰਭਾਵ ਪਿਆ ਇਹ ਦੇਖਣ ਨੂੰ ਮਿਲਦਾ ਹੈ ਹੁਣ ਇਹਨਾਂ ਦੀ ਵਰਗ ਵੰਡ ਜਿਵੇਂ ਪਿੱਛੇ ਦੇਖੀ ਸੀ ਇਸ਼ਕਿਆ ਕਿੱਸੇ ਦੇ ਵਿੱਚ ਕਿਹੜੇ ਕਿਹੜੇ ਆਏ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੋਹਣੀ ਮਹਿਬਾਲ ਸੁਰਮਗਤੀ ਦੇ ਵਿੱਚ ਦੁੱਲਾ ਭੱਟੀ ਜੂਨਾ ਮੋੜ ਸੁੱਚਾ ਸਿੰਘ ਸੂਰਮਾ ਆਦਿ ਨੈਤਿਕ ਸਦਾਚਾਰਕ ਕਿੱਸੇ ਦੇ ਵਿੱਚ ਪੂਰਨ ਭਗਤ ਜ਼ਿੰਦਗੀ ਬਿਲਾਸ ਭਰਥਰੀ ਹਰੀ ਦਾ ਪ੍ਰਸੰਗ ਆਦਿਕ ਤੇ ਇਤਿਹਾਸਿਕ ਸੱਭਿਆਚਾਰਕ ਕਿੱਸੇ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਭਾਈ ਬਿਧੀ ਚੰਦ ਦਾ ਪ੍ਰਸੰਗ ਆਦਿਕ ਤੇ ਫੁਟਕਲ ਦੇ ਵਿੱਚ ਆਉਂਦਾ ਹੈ ਕਿੱਸਾ ਇੰਦਰ ਬੇਗੋ ਕਿੱਸਾ ਸ਼ਾਮੋ ਨਾਲ ਦਿਓਰ ਭਾਬੀ ਦਾ ਝਗੜਾ ਆਦਿ ਇਸ ਤੋਂ ਇਲਾਵਾ ਲਾਸਟ ਸੜਕ ਮਿਲਦੇ ਨੇ ਵਿਦੇਸ਼ੀ ਮੂਲ ਦੇ ਕਿੱਸੇ ਜਿਸ ਵਿੱਚ ਯੂਸੁਫ ਜੁਲੈਖਾ ਕਿੱਸਾ ਸ਼ਾਮੋ ਨਾਲ ਤੇ ਸ਼ਾਹ ਬਹਿਰਾਮ ਲੈਲਾ ਮਜਨੂ ਕਿੱਸਾ ਗੁੱਲ ਸਨੋਬਰ ਆਦਿ ਹੁਣ ਇਸ ਦੇ ਵਿੱਚ ਜਿਹੜੇ ਜਿਹੜੇ ਸਾਨੂੰ ਲੱਛਣ ਦੇਖਣ ਨੂੰ ਮਿਲਦੇ ਨੇ ਕਿੱਸਿਆਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਕਹਿੰਦੇ ਮੰਗਲਾਚਰਨ ਜਿਹੜੇ ਕਿ ਫਸਟ ਨੰਬਰ ਤੇ ਜਿਹਦੇ ਵਿੱਚ ਪਰਮਾਤਮਾ ਦੀ ਮਹਿਮਾ ਗਾਈ ਜਾਂਦੀ ਹੈ ਤੇ ਜਿਹੜਾ ਕਿੱਸਾ ਲਿਖਣ ਵਾਲੇ ਹੋਣਗੇ ਕਿੱਸਾਕਾਰ ਉਹ ਜਿਨ੍ਹਾਂ ਨੂੰ ਧਿਆਉਂਦੇ ਨੇ ਉਹਨਾਂ ਦੇ ਪਹਿਲੋਂ ਸ਼ੁਕਰ ਕਰਨਗੇ ਹੁਣ ਇਹ ਸੈਕਿੰਡ ਤੇ ਸਾਨੂੰ ਇਹ ਜ਼ਰੂਰ ਦੇਖਣ ਨੂੰ ਮਿਲਦਾ ਹੈ ਕਿ ਕਿੱਸੇ ਦੇ ਲਿਖਣ ਦੀ ਪ੍ਰੇਰਣਾ ਕਿੱਥੋਂ ਕਿੱਥੋਂ ਮਿਲਦੀ ਹੈ ਤੇ ਉਹਨਾਂ ਦਾ ਵੀ ਜ਼ਿਕਰ ਇਸ ਦੇ ਵਿੱਚ ਕੀਤਾ ਜਾਂਦਾ ਹੈ ਇਹ ਅਗਰ ਕਿਸੇ ਨੇ ਕਿੱਸਾ ਲਿਖਣਾ ਹੋਵੇ ਤਾਂ ਇਹ ਚੀਜ਼ਾਂ ਉਹਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਰਚਨਾਤਮਕ ਪ੍ਰਤਿਭਾ ਦਾ ਵੀ ਵਰਣਨ ਕਰਨਾ ਚਾਹੀਦਾ ਹੈ ਜਿਵੇਂ ਜਿਹੜਾ ਉਹਦੇ ਵਿੱਚ ਕਿੱਸਾ ਲਿਖਦਾ ਹੈ ਉਸਦਾ ਪ੍ਰਭਾਵ ਕਿਸ ਤਰ੍ਹਾਂ ਦਾ ਇਸ ਦੇ ਵਿੱਚ ਪਏਗਾ ਉਸਦੇ ਕੀ ਜਿਵੇਂ ਕਹਿੰਦੇ ਨੇ ਟ੍ਰਿਕਸ ਵਗੈਰਾ ਹੁੰਦੀਆਂ ਨੇ ਰਚਨਾਤਮਕ ਉਸਦੀ ਪ੍ਰਤਿਭਾ ਕਿਹੋ ਜਿਹੀ ਕੀ ਹੈ ਉਹ ਵੀ ਵਰਣਨ ਹੋਣਾ ਚਾਹੀਦਾ ਹੈ ਨਾਇਕ ਨਾਇਕਾਵਾਂ ਦਾ ਵਰਣਨ ਤਾਂ ਜ਼ਰੂਰ ਹੋਣਾ ਚਾਹੀਦਾ ਉਹਨਾਂ ਦੇ ਹੁਸਨ ਇਸ਼ਕ ਤੇ ਉਹਨਾਂ ਦੇ ਜਿਹੜੇ ਹੈਗੇ ਆ ਫੈਮਿਲੀ ਦੇ ਨਾਲ ਸੰਬੰਧ ਕਿਸ ਤਰ੍ਹਾਂ ਹੈਗੇ ਨੇ ਕਿਵੇਂ ਉਹਨਾਂ ਦਾ ਰੋਬ ਹੈਗਾ ਵਾ ਇਹ ਸਾਰਾ ਉਹਨਾਂ ਦੀ ਬੈਕਗ੍ਰਾਉਂਡ ਹਿਸਟਰੀ ਸਾਰਾ ਕੁਝ ਉੱਥੇ ਦੱਸਿਆ ਜਾਂਦਾ ਹੈ ਇਸ਼ਕ ਦਾ ਨਿਰੂਪਣ ਯਾਨੀ ਕਿ ਜਦੋਂ ਉਹਨਾਂ ਦਾ ਪਿਆਰ ਪੈ ਜਾਂਦਾ ਹੈਗਾ ਇਸ ਦੇ ਬਾਰੇ ਵੀ ਖੁੱਲ ਕੇ ਝਲਕ ਉਹਨਾਂ ਦੀ ਦਿੱਤੀ ਜਾਂਦੀ ਹੈ ਫਿਰ ਇਸ ਤੋਂ ਇਲਾਵਾ ਜਦੋਂ ਇਹਨਾਂ ਦੇ ਇਸ਼ਕ ਬਾਰੇ ਸਮਾਜਿਕ ਜਿਹੜੇ ਸੰਸਥਾਵਾਂ ਹੁੰਦੀਆਂ ਨੇ ਉੱਥੋਂ ਦੇ ਵੱਡੇ ਲੋਕੀ ਉਹਨਾਂ ਨੂੰ ਪਤਾ ਲੱਗ ਜਾਂਦਾ ਜੋ ਇਸ ਨੂੰ ਨਹੀਂ ਮੰਨਦੇ ਉਹਨਾਂ ਦੇ ਵਿਰੋਧ ਨੂੰ ਵੀ ਦਰਸਾਇਆ ਜਾਂਦਾ ਹੈ ਭਾਗਵਾਦ ਤੇ ਹੋਣੀ ਹੋ ਜਾਂਦੀ ਹੈ ਕੋਈ ਇਹੋ ਜਿਹੀ ਚੀਜ਼ ਉੱਥੇ ਵਿਪਤਾ ਆ ਜਾਂਦੀ ਹੈ ਵਾਪਰ ਜਾਂਦੀ ਹੈ ਜਿੰਨਾ ਉਹ ਵਿਛੜ ਜਾਂਦੇ ਨੇ ਸੋ ਇਸਤਰੀ ਨਿੰਦਾ ਵੀ ਇਸ ਦੇ ਵਿੱਚ ਕੀਤੀ ਜਾਂਦੀ ਹੈ ਕਿ ਉਸ ਨੂੰ ਕੀ ਕਵਾਂ ਲਾਹਨਤਾਂ ਪਾਈਆਂ ਜਾਂਦੀਆਂ ਨੇ ਇਸਤਰੀ ਦੇ ਨੂੰ ਕਿ ਉਹ ਇਹੋ ਜਿਹੀ ਉਹਦੇ ਵਿੱਚ ਉਹਨੇ ਕੰਮ ਕੀਤੇ ਨੇ ਕਿ ਉਹ ਇਸ਼ਕ ਨੂੰ ਬੁਰਾ ਮੰਨਦੇ ਨੇ ਵਰਜਦੇ ਨੇ ਤੇ ਇਹ ਉਹਨਾਂ ਨੇ ਇਸਤਰੀ ਨਿੰਦਾ ਪਹਿਲਾਂ ਦਿਖਾਉਂਦੇ ਨੇ ਉਹਦੇ ਵਿੱਚ ਕਿੱਸੇ ਦਾ ਨਿਸ਼ਕਰਸ਼ ਤੇ ਫਿਰ ਲੇਖਕ ਦਾ ਅਤਾ ਪਤਾ ਜ਼ਰੂਰ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਸੋ ਇਸ ਦੇ ਲੱਛਣ ਆ ਜਾਂਦੇ ਨੇ ਪੰਜਾਬੀ ਕਿੱਸਾਕਾਰੀ ਦਾ ਪਹਿਲਾ ਦੌਰ ਆਉਂਦਾ ਹੈ 17ਵੀਂ ਸਦੀ ਤੱਕ ਸਦੀ ਗਿਜੇ ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬੀ ਕਿੱਸਾਕਾਰੀ ਦਾ ਆਰੰਭ ਜਿਹੜਾ ਹੈਗਾ ਸੀ ਪੁਸ਼ਯ ਨਾਮੀ ਕਿੱਸੇਕਾਰ ਤੋਂ ਹੁੰਦੀ ਹੈ ਉਸਦਾ ਕਿੱਸਾ ਸੱਸੀ ਪੁੰਨੋ ਦਾ ਉਹ ਜ਼ਿਕਰ ਕਰਦਾ ਹੈ ਉਹ ਪੁਸ਼ਯ ਦੀ ਲਿਖੀ ਕੋਈ ਲਿਖਤ ਨਹੀਂ ਮਿਲਦੀ ਜਿਸ ਕਾਰਨ ਇਸ ਗੱਲ ਨੂੰ ਇੱਕ ਮਿੱਥ ਹੀ ਮੰਨ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਦਮੋਦਰ 15ਵੀਂ ਸਦੀ ਦੇ ਵਿੱਚ ਪਹਿਲਾ ਕਿੱਸਾਕਾਰ ਹੋਇਆ ਸੀ ਤੇ ਉਸਦਾ ਸਾਡੇ ਕੋਲ ਲਿਖਿਆ ਹੀ ਰਾਂਝਾ ਪ੍ਰਾਪਤ ਹੁੰਦਾ ਹੈ ਦਮੋਦਰ ਅਨੁਸਾਰ ਹੀ ਰਾਂਝੇ ਦੀ ਕਹਾਣੀ ਉਸਦੀ ਅੱਖੀ ਵੇਖੀ ਕਹਾਣੀ ਹੈ ਪਰ ਅਸਲ ਵਿੱਚ ਇਹ ਉਸਦੀ ਕਾਵਿ ਜੁਗਤ ਹੀ ਸੀ ਤੇ ਜਿਸ ਰਾਹੀਂ ਉਹ ਪੜ੍ਹਨ ਵਾਲੇ ਨੂੰ ਇੱਕ ਭਰੋਸੇ ਦੇ ਵਿੱਚ ਲੈਂਦਾ ਹੈ ਦਮੋਦਰ ਅਕਬਰ ਦਾ ਸਮਕਾਲੀ ਹੈ ਤੇ ਕਿੱਸੇ ਵਿੱਚ ਥਾਂ ਥਾਂ ਉਸਨੇ ਅਕਬਰ ਦੇ ਰਾਜ ਦੇ ਸੰਕੇਤ ਬਾਰੇ ਵੀ ਦੱਸਿਆ ਹੈ ਜਿਵੇਂ ਪਾਤਸ਼ਾਹੀ ਜੋ ਅਕਬਰ ਸੰਧੀ ਦਿਨ ਦਿਨ ਚੜੇ ਸਵਾਈ ਪਾਤਸ਼ਾਹੀ ਜੋ ਅਕਬਰ ਸੰਧੀ ਹੀਨ ਨਾ ਹੁਜ਼ਤ ਕਾਈ ਉਸ ਤੋਂ ਬਾਅਦ ਜਿਹੜੀ ਦਮੋਦਰ ਦੀ ਹੀਰ ਹੈਗੀ ਆ ਪ੍ਰਸ਼ਨੋਤਰੀ ਢੰਗ ਦੇ ਵਿੱਚ ਆਉਂਦੀ ਆ
ਕਵੀ ਉਹ ਵਾਚ ਦੀ ਭਾਰਤੀ ਪਰੰਪਰਾ ਦਾ ਵੀ ਉਹ ਪਾਲਣ ਕਰਦਾ ਹੈ। ਮੰਗਲਾਚਰਨ ਆ ਕਿੱਸੇ ਦੀ ਸ਼ੁਰੂਆਤ ਇਸ ਦੇ ਵਿੱਚ ਹੁੰਦੀ ਹੈ, ਜਿਵੇਂ ਕਿ ਆਮ ਅਸੀਂ ਨੋਰਮਲ ਦੇਖਦੇ ਨੇ, ਤੇ ਇਸ ਦਾ ਕਿੱਸਾ ਜਿਹੜਾ ਹੈ ਉਸ ਦਾ ਅੰਤ ਸੁਖਾਂਤ ਤੱਕ ਹੁੰਦਾ ਹੈ। ਕਿੱਸੇ ਦੇ ਅੰਤ ਤੇ ਹੀ ਰਾਂਝੇ ਮੱਕੇ ਵੱਲ ਜਾਂਦੇ ਦਿਖਾਉਂਦੇ ਨੇ। ਬਾਅਦ ਵਿੱਚ ਜਿਵੇਂ ਮੈਂ ਦੱਸਿਆ, ਉਹਨਾਂ ਦਾ ਪਿੱਛਾ ਕਰਨਾ ਛੱਡ ਦਿੰਦਾ ਹੈ। ਸੈਫਲ ਮਲੂਕ ਦੇ ਕਰਤਾ ਮੀਆਂ ਮੁਹੰਮਦ ਬਖਸ਼ ਨੇ ਸਭਨਾ ਕਿੱਸਾਕਾਰਾਂ ਦਾ ਜ਼ਿਕਰ ਕੀਤਾ, ਪਰ ਦਮੋਦਰ ਦਾ ਉਲੇਖ ਉਹਨਾਂ ਨੇ ਨਹੀਂ ਕੀਤਾ। ਹੁਣ ਨੈਕਸਟ ਆਉਂਦੇ ਸਾਡੇ ਕੋਲ ਪੀਲੂ, ਜੋ 16ਵੀਂ 17ਵੀਂ ਸਦੀ ਦੇ ਵਿੱਚ ਆਉਂਦੇ ਨੇ। ਵੈਰੋਵਾਲ ਤਰਨ ਤਾਰਨ ਦਾ ਵਸਨੀਕ ਸੀ। ਉਸਦੀ ਸ਼ਖਸੀਅਤ ਬਾਰੇ ਬਹੁਤੇ ਵੇਰਵੇ ਨਹੀਂ ਮਿਲਦੇ, ਪਰ ਅਨੁਮਾਨ ਲਗਾਏ ਜਾਂਦੇ ਨੇ ਕਿ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ। ਉਸਦਾ ਕਿੱਸਾ ਜਿਹੜਾ ਸੀ ਮਿਰਜ਼ਾ ਸਾਹਿਬਾ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਪਹਿਲੀ ਵਾਰ ਰਿਚਰਡ ਟੈਂਪਲ ਨੇ ਇਸ ਕਿੱਸੇ ਨੂੰ ਗਵੱਈਆ ਕੋਲੋਂ ਸੁਣ ਕੇ ਲਿਖਤੀ ਰੂਪ ਦਿੱਤਾ ਸੀ, ਤੇ ਅੰਗਰੇਜ਼ ਵਿਦਵਾਨ ਜਿਹੜੇ ਆਉਂਦੇ ਨੇ ਸਾਡੇ ਕੋਲ, ਸਵਿਨ ਰਟਨ ਨੇ ਇਸ ਕਿੱਸੇ ਨੂੰ ਆਪਣੀ ਕਿਤਾਬ ਰੋਮਾਂਟਿਕ ਟੇਲਸ ਆਫ ਪੰਜਾਬ ਦੇ ਵਿੱਚ ਵੀ ਲਿਖਿਆ ਹੈ। ਪਰ ਉਹ ਕਹਾਣੀ ਦਾ ਰਿਚਰਡ ਟੈਂਪਲ ਵਾਲੀ ਕਹਾਣੀ ਨਾਲ ਥੋੜਾ ਜਾਂ ਫਿਰ ਕਹਿ ਲਓ ਕਾਫੀ ਵੱਖਰੇਵਾ ਇਸ ਦਾ ਨਜ਼ਰ ਆਉਂਦਾ ਹੈ। ਬਾਬਾ ਬੁੱਧ ਸਿੰਘ ਜਿਹੜੇ ਕਿ ਸੀ, ਉਹਨਾਂ ਨੇ ਆਪਣੀ ਪੁਸਤਕ ਬੰਬੀਹਾ ਭੋਲ ਵਿੱਚ ਵੀ ਰਿਚਰਡ ਟੈਂਪਲ ਵਾਲੀ ਕਹਾਣੀ ਨੂੰ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਿਆ ਹੈ। ਪੀਲੂ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ। ਉਸਦੇ ਬਾਅਦ ਦੇ ਆਉਣ ਵਾਲੇ ਕਿੱਸਾਕਾਰਾਂ ਨੇ ਉਸਦਾ ਜ਼ਿਕਰ ਬੜੇ ਹੀ ਸਤਿਕਾਰ ਨਾਲ ਕੀਤਾ ਹੈ, ਜਿਵੇਂ ਇੱਥੇ ਐਗਜ਼ਾਮਪਲ ਵੀ ਇਹਨਾਂ ਦੀਆਂ ਸਾਨੂੰ ਮਿਲਦੀਆਂ ਨੇ। ਨੈਕਸਟ ਦੇਖੋ, ਪੀਲੂ ਦਾ ਇੱਕੋ ਇੱਕ ਜਿਹੜਾ ਕਿੱਸਾ ਮਿਰਜ਼ਾ ਸਾਹਿਬਾ ਮਿਲਦਾ ਹੈ, ਤੇ ਇਹ ਕਿੱਸਾ ਛੰਦ ਵਿੱਚ ਲਿਖਿਆ ਗਿਆ ਹੈ, ਜੋ ਕਿ ਇੱਕ ਪ੍ਰਸਿੱਧ ਛੰਦ ਹੈ। ਇਸ ਵਿੱਚ ਬੀਰ ਤੇ ਕਰੁਣਾ ਰਸ ਦੀ ਪ੍ਰਧਾਨਤਾ ਮਿਲਦੀ ਹੈ। ਪੀਲੂ ਦੀ ਕਾਵਿ ਪਹੁੰਚ ਭਾਰਤੀ ਪਰੰਪਰਾ ਮਈ ਹੈ, ਤੇ ਉਸਨੇ ਕਿੱਸੇ ਵਿੱਚ ਅਤਕਥਨੀ ਜਿਹੜਾ ਅਲੰਕਾਰ ਹੈਗਾ, ਉਸਦੀ ਕਾਫੀ ਜ਼ਿਆਦਾ ਵਰਤੋਂ ਕੀਤੀ ਹੈ, ਤੇ ਕਿੱਸੇ ਦਾ ਅੰਤ ਉਸਦਾ ਕੀ ਹੈ, ਦੁਖਾਂਤਕ ਹੈ। ਹਾਫਿਜ਼ ਬਰਖੁਦਾਰ ਜਿਹੜੇ ਹੈਗੇ ਨੇ, ਨੈਕਸਟ ਉਹ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਸਮਕਾਲੀ ਸੀ। ਉਸਨੇ ਪਵਿੱਤਰ ਕੁਰਾਨ ਹਿਫਜ਼ ਕੀਤਾ ਸੀ, ਪੜ੍ਹਿਆ ਸੀ, ਯਾਦ ਕੀਤਾ ਸੀ, ਜਿਸ ਕਾਰਨ ਉਸਨੂੰ ਹਾਫਿਜ਼ ਕਹਿੰਦੇ ਸੀ। ਉਹ ਰਵਾਇਤੀ ਕਿੱਸਾਕਾਰ ਸੀ। ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ ਜੁਲੈਖਾ ਉਸਦੇ ਕਿੱਸੇ ਸੀ। ਯੂਸਫ ਜੁਲੈਖਾ ਲਿਖਣ ਵਾਲਾ ਉਹ ਪੰਜਾਬੀ ਦਾ ਪਹਿਲਾ ਕਿੱਸਾਕਾਰ ਮੰਨਿਆ ਗਿਆ ਸੀ, ਕਿਉਂਕਿ ਬਾਕੀ ਤਾਂ ਪੁਰਾਣੇ ਪੰਜਾਬੀ ਦੇ ਲਿਖਦੇ ਪਏ ਸੀ, ਇਹਨਾਂ ਨੇ ਦੂਸਰਾ ਲਿਖਿਆ ਸੀ। ਕਿੱਸਿਆਂ ਤੋਂ ਇਲਾਵਾ ਉਸਨੇ 3 ਸੀਰਫੀਆਂ, 1 ਬਾਰਮਾ ਵੀ ਲਿਖੇ ਸੀ, ਤੇ ਉਹ ਅਰਬੀ ਫਾਰਸੀ ਦੀ ਮਸਨਵੀ ਦਾ ਪ੍ਰਭਾਵ ਜਿਹੜਾ ਗਵਾ ਕਬੂਲਦਾ ਹੈ। ਉਸਨੇ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਸਾਹਿਤ ਪ੍ਰਚਾਰ ਤੇ ਧਰਮ ਪ੍ਰਚਾਰ ਵੀ ਕੀਤਾ ਸੀ। ਅਹਿਮਦ ਗੁੱਜਰ ਨੈਕਸਟ ਆਉਂਦੇ ਨੇ, ਉਹ ਔਰੰਗਜ਼ੇਬ ਦੇ ਕਾਲ ਦੇ ਵਿੱਚ ਹੋਇਆ ਸੀ। ਪਹਿਲੀ ਵਾਰ ਹੀ ਰਾਂਝੇ ਦਾ ਕਿੱਸਾ ਬੈਂਤ ਛੰਦ ਦੇ ਵਿੱਚ ਉਸਨੇ ਲਿਖਿਆ ਸੀ। ਅਹਿਮਦ ਹੁਸੈਨ ਕੁਰੈਸ਼ੀ ਅਨੁਸਾਰ ਜਿਹੜੀ ਪਰੰਪਰਾ ਹਾਫਿਜ਼ ਬਰਖੁਦਾ ਨਾਲ ਸ਼ੁਰੂ ਹੋਈ ਸੀ, ਤੇ ਅਹਿਮਦ ਯਾਰ ਦੇ ਨਾਲ ਉਹ ਕੀ ਸੀ, ਸ਼ਿਖਰ ਤੇ ਪਹੁੰਚੀ ਸੀ। ਅਹਿਮਦ ਨੇ ਆਪਣਾ ਕਿੱਸਾ 1692 ਦੇ ਵਿੱਚ ਪੂਰਾ ਕੀਤਾ ਸੀ, ਤੇ ਅਹਿਮਦ ਦਾ ਕਿੱਸਾ ਵੀ ਦਮੋਦਰ ਵਾਂਗ ਸੁਖਾਂਤਕ ਹੀ ਸੀ। ਸਦੀਕ ਲਾਲੀ ਤੇ ਹਾਮਦ। ਸਦੀਕ ਲਾਲੀ ਤੇ ਯੂਸਫ ਜੁਲੈਖਾ ਦੇ ਕਿੱਸੇ ਦੀ ਰਚਨਾ ਕੀਤੀ ਸੀ। ਉਸਨੇ ਆਪਣਾ ਇਹ ਕਿੱਸਾ ਇਸਲਾਮ ਦੇ ਪ੍ਰਚਾਰ ਤੇ ਵਾਸਤੇ ਲਿਖਿਆ ਸੀ, ਤੇ ਹਾਮਦ ਸ਼ਾਹ ਅਬਾਸੀ ਨੇ ਹੀਰ ਦਾ ਕਿੱਸਾ ਲਿਖਿਆ ਸੀ। ਹਾਮਦ ਦਾ ਪੂਰਾ ਨਾਮ ਦੇਖ ਲਓ, ਹਾਮਦ ਸ਼ਾਹ ਅਬਾਸੀ, ਤੇ ਉਸਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਿੱਸਾਕਾਰਾਂ ਦੇ ਨਾਮ ਕਿੱਸਾ ਹੀ ਰਾਂਝਾ ਦੀ ਉਥਾਨਿਕਾ ਵਿੱਚ ਵੀ ਗਿਰਵਾਏ ਨੇ। ਉਸ ਤੋਂ ਬਾਅਦ ਦੂਸਰਾ ਦੌਰ ਸ਼ੁਰੂ ਹੁੰਦਾ ਸਾਡੇ ਕੋਲ 18ਵੀਂ ਸਦੀ, ਸ਼ਾਹਜਹਾਨ ਮੁਕਬਲ ਤੇ, ਜੋ ਕਿ ਕੇਂਦਰੀ ਪੰਜਾਬ ਦਾ ਵਸਨੀਕ ਸੀ, ਜੋ ਮੁਕਬਲ ਜਿਸਦਾ ਨਾਮ ਸੀ, ਉਸਦੇ ਕਿੱਸੇ ਦੇ ਆਧਾਰ ਤੇ ਉਸਦੇ ਨੇਤਰਹੀਨ ਹੋਣ ਦਾ ਪਤਾ ਚੱਲਦਾ ਹੈ। ਮੁਕਬਲ ਨੇ ਸਭ ਤੋਂ ਪਹਿਲਾਂ ਹੀ ਰਾਂਝਾ ਦਾ ਕਿੱਸਾ ਲਿਖਿਆ ਸੀ, ਤੇ ਉਸਦੇ ਕਿੱਸੇ ਦੇ 533 ਬੰਦ ਮਿਲਦੇ ਨੇ। ਹੁਣ ਕਿਸੇ ਨੇ ਅਗਰ ਕੁਛ ਐਕਸਟਰਾ ਵੀ ਦੇਖੇ ਹੋਣ, ਜਾਂ 34 ਜਾਂ ਫਿਰ ਕਹਿ ਲਓ 35, ਤਾਂ ਕੋਈ ਗੱਲ ਨਹੀਂ, ਹਰ ਇੱਕ ਦੇ ਵਿੱਚ ਅਲੱਗ ਅਲੱਗ ਜਿਵੇਂ ਮੈਂ ਕਿਹਾ ਮਿਲਦੇ ਨੇ। ਛੰਦ ਬੈਂਤ ਹੈਗਾ ਸੀ ਉਸਦਾ, ਰਚਨਾ ਉਸਦੀ ਲਹਿੰਦੀ ਦਾ ਪ੍ਰਭਾਵ ਗ੍ਰਹਿਣ ਕਰਦੀ ਹੈ। ਕਿੱਸੇ ਤੋਂ ਬਿਨਾਂ ਉਸਨੇ ਇੱਕ ਜੰਗਨਾਮੇ ਤੇ ਸੀਰਫੀ ਦੀ ਵੀ ਰਚਨਾ ਕੀਤੀ ਹੈ। ਮੁਕਬਲ ਬਾਰੇ ਅਹਿਮਦ ਯਾਰ ਨੇ ਲਿਖਿਆ ਹੈ ਕਿ ਮੁਕਬਲ ਵੀ ਹੋ ਚੁੱਕਾ, ਮੁਕਬਲ ਆਪਣੇ ਵਿੱਚ ਜ਼ਮਾਨੇ। ਵਾਰਿਸ ਸ਼ਾਹ ਨੈਕਸਟ ਮਿਲਦੇ ਨੇ, ਜਿਸ ਨਾਲ ਉਹ ਕਿੱਸਾ ਕਾਵਿ ਦੀ ਪਰੰਪਰਾ ਸ਼ਿਖਰ ਤੇ ਪਹੁੰਚੀ ਸੀ, ਤੇ ਆਪ ਜੰਡਿਆਲੇ ਦੇ ਵਸਨੀਕ ਸੀ। ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਜਿਹੜੇ ਗਏ ਸੀ ਸਮਕਾਲੀ ਸਨ। ਹਿਬਤੁਲ ਹਸਨ ਜੈਗਮ ਅਨੁਸਾਰ ਉਸ ਦਾ ਜਨਮ 1720 ਦੇ ਵਿੱਚ ਹੋਇਆ, ਤੇ 1766 ਤੇ 1767 ਵਿੱਚ ਉਸਨੇ ਹੀਰਪੁਰੀ ਕੀਤੀ ਸੀ। ਮੌਤ ਉਸਦੀ 29 ਜੁਲਾਈ 1792 ਨੂੰ ਹੋਈ ਸੀ। ਮੋਹਨ ਸਿੰਘ ਦੀਵਾਨਾ ਅਨੁਸਾਰ ਉਸਨੇ ਹੀਰ ਤੋਂ ਬਿਨਾਂ 1 ਸੀਰਫੀ, 1 ਹੋਰ ਕਿੱਸਾ ਸੱਸੀ ਵੀ ਲਿਖਿਆ ਸੀ। ਉਰਦੂ ਜ਼ਬਾਨ ਦੇ ਪ੍ਰਸਿੱਧ ਖੋਜੀ ਹਾਫਿਜ਼ ਮਹਿਮੂਦ ਸ਼ਿਰਾਨੀ ਨੇ ਵਾਰਿਸ ਸ਼ਾਹ ਦੀ ਇੱਕ ਉਰਦੂ ਵਿੱਚ ਲਿਖੀ ਗਜ਼ਲ ਵੀ ਪੇਸ਼ ਕੀਤੀ ਹੈ, ਤੇ ਵਾਰਿਸ ਦੀ ਹੀਰ ਜਿਹੜੀ ਹੈਗੀ ਆ ਬੈਂਤ ਛੰਦ ਦੇ ਵਿੱਚ
641 ਬੰਦ ਨੇ ਤੇ ਹੀਰ ਦੇ ਵਿੱਚ ਸਮਕਾਲੀ ਸਮਾਜਿਕ ਸੱਭਿਆਚਾਰ ਯਾਨੀ ਕਿ ਉਸ ਸਮੇਂ ਦਾ ਜਿਹੜਾ ਸੱਭਿਆਚਾਰ ਸੀ ਤੇ ਸਮਾਜਿਕ ਜਿਹੜੀ ਸਥਿਤੀ ਸੀ ਉਸ ਨੂੰ ਵੀ ਬਿਆਨ ਕੀਤਾ ਹੈ। ਤੀਜਾ ਦੌਰ ਆਂਦਾ ਸਾਡੇ ਕੋਲ 19ਵੀਂ ਸਦੀ ਹਾਸ਼ਮ ਸ਼ਾਹ ਜਗਦੇਵ ਕਲਾ ਅੰਮ੍ਰਿਤਸਰ ਵਿੱਚ ਉਸਦਾ ਜਨਮ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਕਾਲ ਦਾ ਸ਼੍ਰੇਸ਼ਟ ਕਵੀ ਸੀ ਜਾਂ ਫਿਰ ਕਹਿ ਲਓ ਉਹਨਾਂ ਦਾ ਟਾਈਮ ਦਾ ਹੈਗਾ ਸੀ। ਸੋਹਣੀ ਮਹੀਵਾਲ ਹੀ ਰਾਂਝੇ ਦੀ ਬਿਰਤੀ, ਸੱਸੀ ਪੁੰਨੋ, ਸ਼੍ਰੀ ਫਰਹਾਦ ਦੇ ਕਿੱਸਿਆਂ ਦੀ ਉਸਨੇ ਰਚਨਾ ਕੀਤੀ ਸੀ। ਸੱਸੀ ਪੁੰਨੋ ਉਸਦੀ ਪ੍ਰਸਿੱਧ ਰਚਨਾ ਸੀ। ਬਾਬਾ ਬੁੱਧ ਨੇ ਆਪਣੀ ਪੁਸਤਕ ਬੰਬੀਹਾ ਬੋਲ ਵਿੱਚ ਉਸਦੀ ਸੱਸੀ ਬਾਰੇ ਲਿਖਿਆ ਹੈ ਕਿ ਹਾਸ਼ਮ ਨੇ ਸੱਸੀ ਕਾਦੀ ਆਖੀ ਘਰ ਘਰ ਵਿੱਚ ਬਹਿਰਾ ਦਾ ਮੁਆਤਾ ਲਾ ਦਿੱਤਾ, ਪ੍ਰੇਮ ਦੇ ਭਾਂਬੜ ਬਾਲ ਮਾਰੂ ਥਲ ਜਗਮਗ ਕਰ ਦਿੱਤਾ। ਹਾਸ਼ਮ ਸ਼ਾਹ ਦੀ ਸੱਸੀ ਦਵਈਆ ਛੰਦ ਵਿੱਚ ਹੈ ਤੇ ਇਸ ਦੇ ਕੁੱਲ 126 ਬੰਦ ਨੇ। ਉਸ ਤੋਂ ਬਾਅਦ ਅਹਿਮਦ ਯਾਰ ਜਿਹੜੇ ਹੈਗੇ ਨੇ 1768 ਤੋਂ ਲੈ ਕੇ 1848 ਉਸਦਾ ਸਮਾਂ ਸੀ। ਪਿੰਡ ਮੁਰਾਲਾ ਜ਼ਿਲ੍ਹਾ ਗੁਜਰਾਤ ਦਾ ਉਹ ਰਹਿਣ ਵਾਲਾ ਸੀ ਤੇ ਅਹਿਮਦ ਯਾਰ ਦੀ ਗਿਣਤੀ ਵਿੱਚ ਸਭ ਤੋਂ ਵੱਧ ਜਿਹੜੇ ਕਿੱਸੇ ਲਿਖੇ ਸੀ ਉਹ ਇੱਕ ਹੈਗੇ ਸੀ ਹੀਰ ਰਾਂਝਾ, ਲੈਲਾ ਮਜਨੂੰ, ਸੱਸੀ ਪੁੰਨੋ, ਕਿੱਸਾ ਤਿੱਤਰ, ਸੋਹਣੀ ਮਹੀਵਾਲ, ਸੈਫਲ ਮਲੁਕ, ਚੰਦਨ ਮਦਨ, ਕਾਮਰੂਪ, ਰਾਜਬੀਬੀ ਆਦਿ। ਇਮਾਮ ਬਖਸ਼ ਨੈਕਸਟ ਹੈਗੇ ਨੇ 1778 ਤੋਂ 1863 ਉਹਨਾਂ ਦਾ ਸਮਾਂ ਸੀ। ਇਮਾਮ ਬਖਸ਼ ਦਾ ਪਿੰਡ ਜਿਹੜਾ ਹੈਗਾ ਸੀ ਪੱਸੀਆਂ, ਜ਼ਿਲ੍ਹਾ ਸਿਆਲਕੋਟ ਸੀ। ਇਮਾਮ ਬਖਸ਼ ਦੇ ਪ੍ਰਸਿੱਧ ਕਿੱਸਿਆਂ ਦੇ ਨਾਮ ਕੀ ਹੈਗੇ ਨੇ? ਸ਼ਾਹ ਬਹਿਰਾਮ ਜਾਂ ਬਹਿਰਾਮ ਗੌਰ, ਕਿੱਸਾ ਲੈਲਾ ਮਜਨੂੰ, ਗੁਲਸਨੋਬਰ, ਚੰਦਨ ਬਦਨ, ਬਦੀਆ ਉਲ ਜਮਾਲ, ਕਿੱਸਾ ਗੁਲਬਦਨ। ਇਮਾਮ ਬਖਸ਼ ਦਾ ਸਭ ਤੋਂ ਮਸ਼ਹੂਰ ਕਿੱਸਾ ਕਿਹੜਾ ਹੈਗਾ ਨੇ? ਸ਼ਾਹ ਬਹਿਰਾਮ, ਜੋ ਲੱਖਾਂ ਦੀ ਗਿਣਤੀ ਵਿੱਚ ਛਪ ਕੇ ਵਿਕ ਚੁੱਕਿਆ ਹੈ ਤੇ ਇਸ ਦੀ ਕਹਾਣੀ ਫਿਰਦੌਸੀ ਦੇ ਸ਼ਾਹਨਾਮੇ ਦੇ ਵਿੱਚੋਂ ਲਈ ਗਈ ਹੈ। ਕਾਦਰ ਯਾਰ ਨੈਕਸਟ ਹੈਗੇ ਨੇ 1802 ਤੋਂ ਲੈ ਕੇ 1892 ਉਹਨਾਂ ਦਾ ਸਮਾਂ ਹੈ। ਅਸਲ ਨਾਮ ਉਹਨਾਂ ਦਾ ਹੈਗਾ ਸੀ ਕਾਦਰ ਬਖਸ਼, ਜੱਟ ਦਾ, ਸੰਧੂ ਜੱਟ ਸੀ ਤੇ ਉਸ ਦੀਆਂ ਪ੍ਰਸਿੱਧ ਰਚਨਾਵਾਂ ਹੈਗੀਆਂ ਸਾਡੇ ਕੋਲ ਰੋਜ਼ਾਨਾਮਾ, ਮੀਆਂ ਰਾਜਨਾਮਾ, ਪੂਰਨ ਭਗਤ, ਵਾਰ ਰਾਜਾ ਰਸਾਲੂ, ਕਿੱਸਾ ਸੋਹਣੀ ਮਹੀਵਾਲ, ਵਾਰ ਰਾਣੀ ਕੋਕਲਾ, ਵਾਰ ਹਰੀ ਸਿੰਘ ਨਲੂਆ। ਕਿੱਸਾ ਪੂਰਨ ਭਗਤ ਉਸਦਾ ਸ਼੍ਰੋਮਣੀ ਕਿੱਸਾ ਹੈ ਤੇ ਉਸਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਸਿਰਫੀ ਵੀ ਲਿਖੀ ਹੈ ਜਿਸਦਾ ਨਾਮ ਕੀ ਹੈਗਾ ਸੀ? ਸਿਰਫੀ ਸਰਕਾਰ। ਕਿੱਸਾ ਪੂਰਨ ਭਗਤ ਸਿਰਫੀਆਂ ਵਿੱਚ ਲਿਖਿਆ ਮਿਲਦਾ ਹੈ। ਕਾਦਰ ਯਾਰ ਰਚਿਤ ਕਿੱਸਾ ਜਿਹੜਾ ਹੈਗਾ ਸੀ ਰਾਜਾ ਰਸਾਲੂ ਜਾਂ ਫਿਰ ਵਾਰ ਰਾਣੀ ਕੋਕਲਾ ਇੱਕ ਤਰ੍ਹਾਂ ਨਾਲ ਗੀਤ ਸੰਗ੍ਰਹਿ ਦੇ ਵਿੱਚ ਸਾਨੂੰ ਮਿਲਦਾ ਹੈ। ਦੇਖ ਲਓ ਇਹ ਵੀ ਦੇਖੋ ਕਿਹੜਾ ਕਿਹੜਾ ਪ੍ਰਸ਼ਨੋਤਰੀ ਦੇ ਵਿੱਚ ਹੈਗਾ, ਕਿਹੜਾ ਜਿਹੜਾ ਹੈਗਾ ਵਾ ਗੀਤ ਸੰਗ੍ਰਹਿ ਦੇ ਵਿੱਚ ਹੈਗਾ। ਹਰ ਇੱਕ ਚੀਜ਼ ਦੇ ਬਾਰੇ ਧਿਆਨ ਰੱਖਿਓ, ਕਈ ਵਾਰੀ ਇਸ ਤਰ੍ਹਾਂ ਦੇ ਕੁਸ਼ਚਨ ਆ ਵੀ ਜਾਂਦੇ ਨੇ। ਇਸ ਵਿੱਚੋਂ ਕਾਫੀ ਗੀਤ ਰਿਚਰਡ ਟੈਂਪਰ ਨੇ ਆਪਣੀ ਕਿਤਾਬ ਜਿਹੜੀ ਸੀ ਲੈਜੈਂਡ ਆਫ ਦੀ ਪੰਜਾਬ ਵਿੱਚ ਵੀ ਸ਼ਾਮਿਲ ਕੀਤੇ ਨੇ। ਗੁਲਾਮ ਰਸੂਲ 1859 ਤੋਂ ਲੈ ਕੇ 92 ਤੱਕ ਦਾ ਸਮਾਂ ਹੈ। ਉਸਦਾ ਕਿੱਸਾ ਅਹਿਸਨੁਲ ਕਸ਼ਿਸ ਬਹੁਤ ਪ੍ਰਸਿੱਧ ਹੋਇਆ ਸੀ। ਤਿੰਨ ਇਸ ਦੇ ਵਿੱਚ ਸਿਰਫੀਆਂ ਸ਼ਾਮਿਲ ਹੈ, ਸੱਸੀ ਪੁੰਨੋ, ਚੌਪਟਨਾਮਾ, ਪੰਧਨਾਮਾ, ਗੋਜਰਨਾਮਾ ਆਦਿ ਕਿੱਸਿਆਂ ਅਤੇ ਨਾਮਾ ਸਾਹਿਤ ਦੀ ਉਹਨਾਂ ਨੇ ਰਚਨਾ ਕੀਤੀ ਸੀ। ਜਿਵੇਂ ਸੱਸੀ ਪੁੰਨੋ ਕਿੱਸਾ ਸੀ, ਬਾਕੀ ਨਾਮਾ ਨਹੀਂ ਆਏ ਨਾਮਾ ਸਾਹਿਤ। ਫਜ਼ਲ ਸ਼ਾਹ ਨੈਕਸਟ ਹੈਗੇ ਨੇ, ਫਜ਼ਲ ਸ਼ਾਹ ਜਿਹੜੇ ਹੈਗੇ ਸੀ ਉਹਨਾਂ ਨੇ ਸੋਹਣੀ ਮਹੀਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸੁਫ ਜੁਲੈਖਾ ਦੇ ਕਿੱਸਿਆਂ ਦੇ ਨਾਲ ਨਾਲ ਕੁੱਝ ਸਿਰਫੀਆਂ ਦੀ ਵੀ ਰਚਨਾ ਕੀਤੀ ਸੀ। ਸਭ ਤੋਂ ਵੱਧ ਮਕਬੂਲ ਕਿੱਸਾ ਹੈਗਾ ਸੀ ਸੋਹਣੀ ਮਹੀਵਾਲ ਹੀ ਸੀ। ਕਿੱਸੇ ਦੀ ਵਿਸ਼ੇਸ਼ਤਾ ਇਸ ਵਿੱਚ ਇਹ ਕੀ ਸੀ ਕਿ ਅਨੁਪ੍ਰਾਸ ਅਲੰਕਾਰ ਦੀ ਵਧੇਰੇ ਵਰਤੋਂ ਉਹਨਾਂ ਨੇ ਕੀਤੀ ਸੀ। ਮੀਆਂ ਮੁਹੰਮਦ ਬਖਸ਼ 1830 ਤੋਂ 1904 ਤੱਕ ਦਾ ਸਮਾਂ ਹੈ। ਉਹਨਾਂ ਦਾ ਕਿੱਸਾ ਸੈਫਲ ਮਲੁਕ ਪੰਜਾਬੀ ਦਾ ਸਭ ਤੋਂ ਵੱਡਾ ਕਿੱਸਾ ਹੈ। ਕੁੱਲ 9128 ਬੈਂਤ ਨੇ। ਉਹਨਾਂ ਦੀ ਕਹਾਣੀ ਅਲਫ ਲੈਲਾ ਦੀ ਕਹਾਣੀ ਤੇ ਆਧਾਰਿਤ ਹੈ। ਇਹ ਦਵਈਆ ਛੰਦ ਦੇ ਵਿੱਚ ਲਿਖਿਆ ਗਿਆ ਹੈ। ਇਸ ਕਿੱਸੇ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਮੀਆਂ ਮੁਹੰਮਦ ਬਖਸ਼ ਨੇ ਪਹਿਲਾਂ ਹੋ ਗੁਜ਼ਰੇ ਸਾਰੇ ਕਿੱਸਾਕਾਰਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਜ਼ਰੂਰ ਕੀਤੀਆਂ ਹਨ। ਉਸ ਤੋਂ ਬਾਅਦ ਫੁਟਕਲ ਦੇ ਵਿੱਚ ਕਿਹੜੇ ਕਿਹੜੇ ਆਏਂਗੇ ਸਾਡੇ ਕੋਲ? ਨੂਰ ਮੁਹੰਮਦ ਚੰਦਨ ਬਦਨ ਲਿਖਿਆ ਸੀ, ਸ਼ਾਹ ਮੁਹੰਮਦ ਨੇ ਕਿੱਸਾ ਸੱਸੀ ਪੁੰਨੋ, ਮੁਹੰਮਦ ਮੁਸਲਿਮ, ਗੁਲਜ਼ਾਰੇ ਆਦਮ, ਗੁਲਜ਼ਾਰੇ ਮੂਸਾ, ਗੁਲਜ਼ਾਰੇ ਸਿਕੰਦਰੀ ਤੇ ਗੁਲਜ਼ਾਰੇ ਮੁਹੰਮਦੀ, ਕਿਸ਼ਨ ਸਿੰਘ ਆਰਿਫ, ਹੀਰ ਰਾਂਝਾ, ਰਾਜਾ ਰਸਾਲੂ ਤੇ ਦੁੱਲਾ ਭੱਟੀ, ਪੂਰਨ ਭਗਤ, ਭਰਥਰੀ ਹਰੀ, ਭਗਵਾਨ ਸਿੰਘ ਨੇ ਹੀਰ ਕਲੀਆਂ ਦੇ ਵਿੱਚ ਤੇ ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਜੂਣਾ ਮੋੜ, ਸਦਾ ਰਾਮ, ਸੋਹਣੀ ਮਹੀਵਾਲ, ਕਪੂਤਨਾਮਾ ਤੇ ਸੁਮਾ ਨਾਮਾ, ਦੌਲਤ ਰਾਮ, ਕਿੱਸਾ ਰੂਪ ਬਸੰਤ, ਕਾਲੀਦਾਸ, ਗੁਜਰਾ ਵਾਲੀਆ, ਹਕੀਕਤ ਰਾਏ ਵਾਰ, ਪੂਰਨ ਭਗਤ ਤੇ ਰੂਪ ਬਸੰਤ, ਗੋਪੀ ਚੰਦ ਤੇ ਮੈਨਾਵਤੀ ਜਿਹੜੇ ਉਹਨਾਂ ਨੇ ਕਿੱਸੇ ਲਿਖੇ ਸੀ। ਠੀਕ ਹੈ, ਸੋ
ਇਹ ਹੈਗੇ ਸਾਡੇ ਕੋਲ ਕਿੱਸਾ ਕਾਵਿ ਅੱਜ। ਬਾਕੀ ਜਿਹੜੇ ਹੋਣਗੇ ਨੈਕਸਟ ਅਸੀਂ ਕੱਲ੍ਹ ਪੜ੍ਹਾਂਗੇ, ਜਿਹਦੇ ਵਿੱਚ ਬੀਰ ਕਾਵਿ ਕਰਾਂਗੇ। ਸੋ ਵੀਡੀਓਜ਼ ਦੇਖਦੇ ਰਹੋ ਐਂਡ ਐਨ ਅਕੈਡਮੀ 'ਤੇ ਜਾ ਕੇ ਜ਼ਰੂਰ ਫੋਲੋ ਕਰੋ। ਉੱਥੇ ਕਾਫੀ ਜ਼ਿਆਦਾ ਟੌਪਿਕ ਮੈਂ ਕਰਵਾ ਰਹੀ ਹਾਂ, ਰੋਜ਼ ਰੋਜ਼ ਐਮ ਸੀ ਕਿਊਜ਼ ਹੋ ਰਹੇ ਨੇ, ਫ੍ਰੀ ਐਮ ਸੀ ਕਿਊਜ਼ ਤੁਹਾਨੂੰ ਮਿਲਦੇ ਨੇ। ਇਸ ਤੋਂ ਇਲਾਵਾ 9 ਮਾਰਚ ਨੂੰ 3 ਘੰਟੇ ਦੀ ਸਾਡੀ ਸਪੈਸ਼ਲ ਕਲਾਸ ਹੋਏਗੀ, ਜਿਸਦੇ ਵਿੱਚ ਜਿੰਨੇ ਵੀ ਹੁਣ ਤੱਕ ਐਮ ਸੀ ਕਿਊਜ਼ ਕੀਤੇ ਨੇ ਸਾਰੇ ਦੇ ਸਾਰੇ ਉਹਦੇ ਵਿੱਚ ਕਰਾਂਗੇ। ਸੋ ਜ਼ਰੂਰ ਜਾ ਕੇ ਉਹ ਵੇਖਿਓ। 4 ਵਜੇ ਤੋਂ ਕਲਾਸ 7 ਵਜੇ ਤੱਕ ਹੋਏਗੀ। ਬਾਕੀ ਤੁਸੀਂ ਇੱਥੇ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਲਿੰਕ ਜਿਹੜਾ ਹੈਗਾ ਬਾਕੀਆਂ ਦਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਥੈਂਕ ਯੂ।